ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਇੱਕ ਵਾਈਫ ਨਾਲ ਜਿਹਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਵੱਖਰਾ ਅਪਾਰਟਮੈਂਟ ਲੈ ਕੇ ਕਦੀ ਇੱਥੇ ਅਤੇ ਕਦੀ ਉੱਥੇ ਹਸਬੈਂਡ ਕਿਉਂ ਰਹਿ ਰਿਹਾ। ਸ਼ੀ ਇਜ਼ ਟਰਾਇੰਗ ਟੂ ਅੰਡਰਸਟੈਂਡ। ਨੌਨ ਪੰਜਾਬੀ ਹੈ, ਓਰੀਜਿਨ ਤੋਂ ਪੰਜਾਬੀ ਨਾਲ ਵਿਆਹ ਹੋਇਆ। ਸੋ ਇੰਟਰਸਟਿੰਗਲੀ ਸਾਨੂੰ ਪੁੱਛ ਰਹੇ ਹੈ ਥਿੰਕਿੰਗ ਕਿ ਸ਼ਾਇਦ ਅਸੀਂ ਕੁਛ ਇਨਸਾਈਟ ਦੇ ਸਕੀਏ ਕਿ ਵਾਈ ਇਜ਼ ਹੀ ਡੂਇੰਗ ਦੈਟ। ਕਲੀਅਰਲੀ ਕਮਿਊਨੀਕੇਸ਼ਨ ਦੋਨਾਂ ਦੇ ਵਿੱਚ ਕੁਛ ਤਾਂ ਜ਼ਰੂਰ ਯੂ ਨੋ ਮੁਸ਼ਕਿਲ ਹੈ, ਡਿਫਰੈਂਸਿਸ ਹੈਗੇ ਆ। ਕਿਉਂ? ਕਿਉਂਕਿ ਇੱਥੇ ਤੱਕ ਗੱਲ ਪਹੁੰਚੀ ਹੈ ਸਾਨੂੰ, ਯੂ ਨੋ ਸ਼ੀ ਇਜ਼ ਟਰਾਇੰਗ ਟੂ ਟੈਲ ਅਸ ਕਿ ਅਸੀਂ ਇਨਸਾਈਟ ਦਈਏ ਕੀ ਉਹਨਾਂ ਦੇ ਮਨ 'ਚ ਹੈ। ਇਹਦਾ ਮਤਲਬ ਕਮਿਊਨੀਕੇਸ਼ਨ ਗੈਪ ਤਾਂ ਹੈਗਾ। ਹੋਰ ਤੁਸੀਂ ਕੀ ਕਹਿੰਦੇ ਹੋ, ਕਿਸ ਤਰ੍ਹਾਂ ਇਹ ਕਮਿਊਨੀਕੇਸ਼ਨ ਗੈਪ ਇੰਪਰੂਵ ਹੋ ਸਕਦਾ ਹੈ? ਮਤਲਬ ਯੂ ਨੋ ਬੈਟਰ ਆਪਸ ਵਿੱਚ ਗੱਲ ਕਰ ਸਕਦੇ ਨੇ, ਕੀ ਤੁਸੀਂ ਟਿਪਸ ਦਿਓਗੇ ਇਹਨਾਂ ਨੂੰ, ਜ਼ਰੂਰ ਦੱਸੋ। ਲੈਟ ਮੀ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਜੋਗਿੰਦਰ ਜੀ, ਥੈਂਕ ਯੂ ਫੋਰ ਕਾਲਿੰਗ। ਦੱਸੋ ਹੁੰਦਾ ਕੀ ਹੈ, ਜਦੋਂ ਆਪਣੇ ਮਾਂ ਬਾਪ ਕੋਈ ਉਹ ਬੇਟੇ ਨੂੰ ਕੋਈ ਗੱਲ ਕਹਿੰਦੇ ਨੇ, ਉਹਨੂੰ ਆਦਤ ਪਈ ਹੁੰਦੀ ਹੈ, ਬਚਪਨ ਤੋਂ ਆਪਣੀ ਆਪਣੀ ਮਾਂ ਦੀ ਤੇ ਪਿਓ ਦੀ ਗੱਲ ਸੁਣ ਰਿਹਾ ਹੁੰਦਾ ਜੀ। ਜਿਸ ਟਾਈਮ ਉਹਦੀ ਸੱਸ ਕੋਈ ਗੱਲ ਆਪਣੀ ਬੇਟੀ ਦੇ ਸਾਹਮਣੇ ਉਹ ਬੇਟੇ ਨੂੰ ਕਹਿੰਦੀ, ਉਹ ਟਾਲਰੇਟ ਨਹੀਂ ਕਰਦਾ। ਹੋਰ ਕੋਈ ਰੀਜ਼ਨ ਨਹੀਂ ਹੈਗਾ, ਇਹੀ ਰੀਜ਼ਨ ਹੈਗਾ। ਉਹਨੇ ਇੱਕ ਸਾਲ ਰਹਿ ਕੇ ਉੱਥੇ ਉਹ ਦੇਖਿਆ, ਉਹਦੀ ਲਾਈਫ ਚ ਉਹ ਦੋਵੇਂ ਇੰਟਰਫੇਅਰ ਕਰਦੇ ਹੋਣਾ, ਪਿਓ ਵੀ ਤੇ ਸੱਸ ਵੀ, ਇਹ ਸਹੁਰਾ ਵੀ ਤੇ ਸੱਸ ਵੀ, ਚਾਹੇ ਉਹ ਗੱਲ ਚੰਗੀ ਵੀ ਕਹਿੰਦੇ ਹੋ, ਪਰ ਕਦੇ ਵੀ ਉਹ ਜਿਹੜਾ ਬੇਟਾ ਹੈਗਾ ਉਹਨੂੰ ਟਾਲਰੇਟ ਨਹੀਂ ਹੋਏਗੀ। ਇਹ ਇੱਕ ਨਾ ਇਹ ਕੁਦਰਤੀ ਗੱਲ ਆ, ਇਹ ਕੋਈ ਉਹ ਨਹੀਂ ਹੈਗੀ। ਬਸ ਸਾਡੇ ਜਿਹੜੇ ਵਿਊਅਰ ਨੇ ਸ਼ਾਇਦ ਉਹ ਟੀਵੀ ਚੈਨਲ ਦੇ ਸਾਹਮਣੇ ਉਹ ਨਾ ਮੰਨਣ, ਜਿਹੜੀ ਗੱਲ ਮੈਂ ਕਹਿਣ ਚਾਹ ਰਿਹਾ, ਕਦੇ ਵੀ ਜਿਹੜੀ ਬੇਟੀ ਆ ਉਹਨੂੰ ਆਪਣੇ ਆਪਣੇ ਮਾਂ ਬਾਪ ਦੇ ਨਾਲ ਦੇਖੋ, ਇੱਥੇ ਹੈ ਤਾਂ ਮਜ਼ਬੂਰੀ ਰਹਿਣਾ ਤਾਂ ਪੈਂਦਾ, ਕਈਆਂ ਨੂੰ ਧੀਆਂ ਨੂੰ ਆਪਣੇ ਮਾਂ ਬਾਪ ਰੱਖਣੇ ਪੈਂਦੇ ਨੇ। ਪਰ ਜਦ ਵੀ ਧੀ ਆਪਣੀ ਮਾਂ ਨਾਲ ਰਹੇਗੀ ਤੇ ਇਹ ਗੱਲ ਇਹ ਸਾਹਮਣੇ ਆਏਗੀ। ਬੇਸ਼ੱਕ ਜਿਹੜੀ ਸੱਸ ਚੰਗੀ ਗੱਲ ਕਹਿੰਦੀ ਹੋਵੇ, ਲੇਕਿਨ ਜਵਾਈ ਕਦੇ ਵੀ ਟਾਲਰੇਟ ਨਹੀਂ ਕਰੇਗਾ। ਇਹ ਅੱਜ ਤੋਂ ਨਹੀਂ, ਸਦੀਆਂ ਤੋਂ ਇਹ ਗੱਲ ਆ ਰਹੀ ਹੈ। ਸੋ ਇਨ ਅ ਵੇ ਕਲਚਰਲ ਵੀ ਹੈਗਾ, ਕਿਉਂਕਿ ਉਹਨਾਂ ਦੇ ਕਲਚਰ ਸ਼ਾਇਦ ਇਹ ਚੀਜ਼ ਨਹੀਂ ਹੈ, ਸੋ ਉਹਨੂੰ ਸਮਝ ਨਹੀਂ ਆ ਰਹੀ। ਪਰ ਸਾਡੀ ਪ੍ਰਿਪਰੇਸ਼ਨ ਵਿਆਹ ਤੱਕ ਪ੍ਰਿਪਰੇਸ਼ਨ ਸਾਡੀ, ਹਾਂਜੀ, ਕੋਈ ਕਲਚਰ ਵਰਡ ਦਾ ਐਸਾ ਨਹੀਂ ਹੈਗਾ ਅੱਛਾ ਜਿੱਥੇ ਇਹ ਮਹਿਸੂਸ ਨਾ ਹੁੰਦਾ ਹੋਵੇ। ਇੰਡੀਆ ਚ ਵੀ ਇਸ ਤਰ੍ਹਾਂ, ਪਾਕਿਸਤਾਨ ਚ ਵੀ ਇਸ ਤਰ੍ਹਾਂ, ਇਹ ਗੋਰੇ ਵੀ ਇੰਜ ਜੀ ਕਰਦੇ ਨੇ, ਇਹ ਸਾਰੇ ਹੈਗਾ। ਆਪਣੇ ਮਾਂ ਬਾਪ ਦੀ ਜਿਹੜਾ ਉਹ ਮੁੰਡਾ ਹੈਗਾ ਨਾ, ਉਹ ਜੁੱਤੀਆਂ ਵੀ ਖਾ ਲੇਗਾ, ਉਹ ਗਾਲਾਂ ਵੀ ਖਾ ਲੇਗਾ, ਸਾਰਾ ਕੁਛ ਸਹਿ ਲੇਗਾ, ਕਿਉਂਕਿ ਉਹ ਬਚਪਨ ਤੋਂ ਉਹਨੂੰ ਆਦਤ ਹੈ ਉਹਨਾਂ ਦੀ। ਠੀਕ, ਤੇ ਉਹ ਮਾਂ ਬਾਪ ਨੂੰ ਬੇਟੇ ਦਾ ਪਤਾ ਤੇ ਬੇਟੇ ਨੂੰ ਮਾਂ ਬਾਪ ਦਾ। ਠੀਕ ਹੈ, ਜਦੋਂ ਉਹੀ ਗੱਲ ਸੱਸਰਾ ਕਹਿੰਦੇ ਨੇ ਤੇ ਉਹ ਚੰਗੀ ਗੱਲ ਹੁੰਦੀ ਹੈ, ਉਹ ਮਾੜੀ ਨਹੀਂ ਹੁੰਦੀ। ਕੋਈ ਵੀ ਜਵਾਈ ਉਹ ਟਾਇਲਟ ਨਹੀਂ ਕਰਦਾ, ਮੇਨ ਗੱਲ ਇਹ ਹੈ, ਉਹਨੇ ਸਾਲ ਰਹਿ ਕੇ ਉੱਥੇ ਦੇਖਿਆ। ਠੀਕ ਹੈ ਜੀ, ਲੈਟਸ, ਕੋਈ ਟਿਪ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ, ਹਾ ਵਾਟ ਸ਼ੁਡ ਸ਼ੀ ਡੂ, ਕਰਨਾ ਕੀ ਚਾਹੀਦਾ ਇਹਨਾਂ ਨੂੰ? ਕਰਨਾ ਤਾਂ ਇਹੀ, ਇੱਥੇ ਵੀ ਮਜਬੂਰੀ ਆ, ਉਹ ਮਾਂ-ਬਾਪ ਨੂੰ ਨਹੀਂ ਇਕੱਲੇ ਉਹ ਛੱਡ ਸਕਦੇ। ਸਵਾਲ ਉਹ ਪੈਸਾ ਦਾ ਨਹੀਂ ਹੈਗਾ, ਸਵਾਲ ਇਹਨਾਂ ਦੇ ਅੱਗੇ ਉਹ ਮਾਂ ਬਾਪ ਦਾ ਹੀ ਹੈਗਾ। ਉਹ ਕੁੜੀ ਨਹੀਂ ਚਾਹੁੰਦੀ ਉਹਨਾਂ ਨੂੰ ਛੱਡਣਾ, ਪਰ ਜੇ ਨਹੀਂ ਛੱਡੇਗੀ ਇਹਦਾ ਘਰ ਉਹ ਖਰਾਬ ਹੋਏਗਾ, ਉਹ ਬੰਦਾ ਉਹ ਜਿਹੜਾ ਮੁੰਡਾ ਹੈਗਾ ਇਕੱਲਾ ਰਹੇਗਾ, ਉੱਥੇ ਉਹ ਸ਼ਰਾਬ ਵੀ ਪੀਏਗਾ, ਹੋ ਸਕਦਾ ਹੋਰ ਕਿਤੇ ਇੰਟੈਂਗਲ ਹੋ ਜਾਵੇ। ਠੀਕ ਹੈ ਜੋਗਿੰਦਰ ਜੀ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਸ਼ੁਰੂ ਫਿਰ ਇੱਥੋਂ ਕਰੀਏ ਆਪਾਂ, ਇਹ ਪੰਜਾਬੀ ਫੈਮਿਲੀ ਆ, ਲੜਕਾ ਲੜਕੀ ਦੋਨੋਂ ਹੀ? ਲੜਕਾ ਪੰਜਾਬੀ ਹੈ, ਕੁੜੀ ਟ੍ਰਿਨੀਡੈਡ ਦੀ ਹੈ, ਜਿਹੜੇ ਕੈਰੇਬੀਅਨ ਕੰਟਰੀਜ਼ ਨੇ ਨਾ, ਗਿਆਨਾ ਐਂਡ ਆਲ, ਉਸ ਤਰ੍ਹਾਂ। ਹਾਂਜੀ, ਠੀਕ ਹੈ, ਚਲੋ ਇੱਥੇ ਆ ਜਾਂਦੇ ਆ। ਲੜਕੀ ਦਾ ਹੋਰ ਕੋਈ ਭਰਾ ਭੈਣ ਵੀ ਹੈਗੇ ਆ? ਨਹੀਂ, ਇਕੱਲੀ ਲੜਕੀ ਹੈ ਨਾ। ਤੇ ਜਦੋਂ ਇਹਨਾਂ ਨੇ ਰਿਸ਼ਤਾ ਜੋੜਿਆ ਹੋਊਗਾ, ਜਦੋਂ ਇਹ ਆਮ ਤੌਰ ਤੇ ਹੁੰਦਾ ਜੋ ਅਸੀਂ ਕਰਦੇ ਰਹੇ ਆ, ਜੇ ਜਿਹੜੀ ਲੜਕੀ ਇਕੱਲੀ ਹੋਵੇ, ਹੋਰ ਕੋਈ ਭੈਣ ਭਰਾ ਨਹੀਂ, ਫਿਰ ਉਹ ਜਿਸ ਮੁੰਡਿਆਂ ਦਾ ਰਿਸ਼ਤਾ ਜੋੜਦੇ ਆ ਉਹਨੂੰ ਘਰ ਜੁਆਈ ਕਹਿ ਲੈਂਦੇ ਆਪਾਂ। ਉਹ ਇਹ ਕਲੀਅਰ ਕਰ ਲਿਆ ਸੀ ਉਹਨਾਂ ਵੀ ਅਸੀਂ? ਹਾਂਜੀ, ਬਿਲਕੁਲ ਕਲੀਅਰ ਕਰ ਲਿਆ ਸੀ। ਸ਼ਾਇਦ ਤੁਸੀਂ ਥੋੜਾ ਲੇਟ ਲਾਇਆ ਕਿ ਉਹ ਬਾਰ ਬਾਰ ਇਹੀ ਕਹਿ ਰਹੀ ਹੈ ਕਿ ਮੈਂ ਕੋਈ ਨਵੀਂ ਗੱਲ ਨਹੀਂ ਕਰ ਰਹੀ। ਮੈਂ ਜਦੋਂ ਥੋੜਾ ਬਹੁਤਾ ਵੀ ਰਿਸ਼ਤਾ ਹੋਣ ਵਾਲਾ ਸੀ, ਗੱਲਬਾਤ ਆਪਸ ਚੱਲ ਰਹੀ ਸੀ, ਵੀ ਵਰ ਲਾਈਕਿੰਗ ਈਚ ਅਦਰ, ਮੈਂ ਬੜਾ ਕਲੀਅਰ ਕੀਤਾ ਸੀ ਕਿ ਮੈਂ ਪੇਰੈਂਟਸ ਦੇ ਬਿਨਾਂ ਨਹੀਂ ਰਹਿਣਾ, ਮੈਂ ਪੇਰੈਂਟਸ ਦੇ ਕੋਲ ਹੀ ਰਹਿਣਾ।
ਤੇ ਮੂਵ ਨਹੀਂ ਕਰਾਂਗੀ, ਜੇ ਮੂਵ ਕਰਾਂਗੀ ਤੇ ਪੇਰੈਂਟਸ ਮੇਰੇ ਨਾਲ ਮੂਵ ਕਰਨਗੇ। ਨਹੀਂ ਉਹ ਲੜਕੀ ਠੀਕ ਆ, ਲੜਕੀ ਠੀਕ ਆ, ਠੀਕ ਹੈ, ਕਿਉਂਕਿ ਰਿਸ਼ਤੇ ਕਾਫੀ ਅਸੀਂ ਤਾਂ ਕੀਤੇ ਕਰਾਏ ਵੀ ਹੈ ਕਿ ਜਦੋਂ ਲੜਕੀ ਇਕੱਲੀ ਹੋਵੇ ਉਹ ਫਿਰ ਉਹਦਾ ਸਹਾਰਾ ਕੋਈ ਨਹੀਂ ਉਹਦੇ ਮਾਂ ਪਿਓ ਦਾ ਹੁੰਦਾ, ਜੇ ਲੜਕਾ ਉੱਧਰ ਦੋ ਚਾਰ ਭਰਾ ਭੈਣ ਵੀ ਹੋਣ ਤੇ ਉਹ ਪਹਿਲਾਂ ਗੱਲ ਕਲੀਅਰ ਕਰ ਲਈਦੀ ਆ ਜੀ ਵੀ ਇਹ ਘਰ ਜੋ ਹੈ ਆਪਾਂ ਕਹਿੰਦੇ ਉਹਨੂੰ ਵੀ ਇਹ ਲੜਕੀ ਇਸ ਘਰ ਚ ਹੀ ਰਹੂਗੀ ਆਪਣੇ ਪੇਰੈਂਟਸ ਦੇ ਨਾਲ, ਹਨਾ ਜੀ ਜੀ ਜੀ। ਇਸ ਕਰਕੇ ਲੜਕੀ ਨੇ ਜੇ ਗੱਲ ਕਰ ਲਈ ਜਾਂ ਗੱਲ ਨਹੀਂ ਕਲੀਅਰ ਕੀਤੀ ਜਾਂ ਲੜਕੇ ਨੇ ਕੋਈ ਠੱਗੀ ਠੋਰੀ ਕਰਕੇ ਗੱਲ ਮੰਨ ਕੇ ਪਹਿਲਾਂ ਰਿਸ਼ਤਾ ਕਰ ਲਿਆ, ਲੜਕਾ ਗਲਤ ਹੈ, ਠੀਕ ਨਹੀਂ। ਇਸ ਕਰਕੇ ਉਹਦੇ ਲੜਕੇ ਦੇ ਜਿਹੜੇ ਮਾਂ ਬਾਪ ਵੀ ਹੈਗੇ ਆ ਉਹਨਾਂ ਨੂੰ ਵੀ ਇਹ ਚ ਇਹ ਕਹਿਣਾ ਚਾਹੀਦਾ ਵੀ ਜੇ ਤੂੰ ਕਾਕਾ ਪਹਿਲਾਂ ਗੱਲ ਕਰ ਲਈ ਆ ਵੀ ਉਹ ਲੜਕੀ ਕਹਿੰਦੀ ਮੈਂ ਨਹੀਂ ਛੱਡ ਸਕਦੀ, ਔਰ ਉਮਰ ਕੱਲੀਆਂ ਲੜਕੀਆਂ ਨਹੀਂ ਵੀ ਛੱਡਦੀਆਂ, ਇੰਡੀਆ ਚ ਵੀ ਨਹੀਂ ਛੱਡਦੀਆਂ, ਇੱਥੇ ਤਾਂ ਗੱਲ ਹੀ ਹੋ ਰਿਹਾ ਜੀ, ਤੇ ਉਸ ਇਹ ਲੜਕਾ ਇੱਥੇ ਗਲਤ ਹੈਗਾ। ਤੇ ਅੱਛਾ ਜੇ ਉਹਦੇ ਪੇਰੈਂਟਸ ਆਉਂਦੇ ਆ ਉਹ ਆਉਣ ਰਿਸ਼ਤੇ ਉਹ ਇਸ ਤਰ੍ਹਾਂ ਹੁੰਦਾ ਜੀ, ਲੜਕੀ ਜਿਹੜਾ ਲੜਕਾ ਘਰ ਜੁਆਈ ਬਣ ਜਾਂਦਾ ਨਾ ਜੀ, ਉਹਦੇ ਪੇਰੈਂਟਸ ਆਉਣ ਤੋਂ ਇਹ ਜੇ ਜਿੱਦਾਂ ਰੈਲੇਟਿਵ ਬਣ ਕੇ ਆਉਂਦੇ ਆ, ਕਿਉਂਕਿ ਉਹ ਲੜਕਾ ਤਾਂ ਉਹਨਾਂ ਨੇ ਪਹਿਲਾਂ ਲੈ ਅਡੋਪਟ ਕਰ ਲਿਆ, ਲੈ ਲਿਆ ਆਪਣੇ, ਹਨਾ, ਤੇ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਮਾਂ ਬਾਪ ਨੂੰ ਵੀ ਲੜਕੀ ਨਾਲ ਹੀ ਰਹਿਣੀ ਚਾਹੀਦੀ ਮੇਰੇ ਹਿਸਾਬ ਦੇ ਨਾਲ ਤਾਂ, ਠੀਕ ਹੈ। ਜੇ ਕੋਈ ਲੜਕਾ ਗਲਤ ਕਰਦਾ ਤਾਂ ਲੜਕਾ ਰੋਂਗ ਹੈਗਾ, ਠੀਕ। ਹੁਣ ਜੇ ਰਿਸ਼ਤਾ ਜੋੜਿਆ ਹੋ ਸਕਦਾ ਕੱਚਾ ਪੱਕਾ ਹੋਵੇ ਇੱਥੇ ਵੀ ਜਦੋਂ ਕੰਮ ਕੱਢੋ ਆਪਣਾ, ਤੇ ਇਹਦੇ ਚ ਲੜਕੇ ਦੀ ਸਰਾਸਰ ਗਲਤੀ ਆ, ਉਹਨੂੰ ਸਮਝਾ ਬਝਾ ਕੇ ਉਹਦੇ ਆਪਣੇ ਪੇਰੈਂਟਸ ਨਾਲ ਗੱਲ ਕਰਕੇ ਇਹ ਗੱਲ ਕਰ ਲੈਣੀ ਚਾਹੀਦੀ। ਮੇਰੇ ਹਿਸਾਬ ਨਾਲ ਲੜਕੀ ਠੀਕ ਹੈ, ਲੜਕਾ ਗਲਤ ਹੈ ਇੱਥੇ, ਠੀਕ ਹੈ। ਗਿਆਨ ਸਿੰਘ ਜੀ, ਹੁਣ ਕੁੜੀ ਕਿਉਂਕਿ ਸੁਣ ਰਹੀ ਹੈ ਸਾਡੀ ਗੱਲ, ਕੁਝ ਕਹੋਗੇ ਉਹਨਾਂ ਨੂੰ ਵੀ ਕੀ ਕਰਨਾ ਚਾਹੀਦਾ ਉਹਨੂੰ? ਉਹਨੂੰ ਕੋਈ ਹੋਰ ਕੋਈ ਗਿਲਾ ਨਹੀਂ ਹੈਗਾ ਮੁੰਡੇ ਤੋਂ, ਰਿਸ਼ਤਾ ਰੱਖਣਾ ਚਾਹੁੰਦੀ ਹੈ, ਪਿਆਰ ਕਰਦੇ ਨੇ ਇੱਕ ਦੂਜੇ ਨੂੰ, ਤੇ ਉਹਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਤਰੀਕਾ ਕੀ ਹੈ ਰਹਿਣ ਦਾ, ਕਿ ਕਦੀ ਇੱਥੇ ਆ ਰਿਹਾ ਕਦੀ ਇਹ ਵੱਖਰਾ ਅਪਾਰਟਮੈਂਟ 'ਚ ਰਹਿ ਰਿਹਾ। ਨਹੀਂ ਨਹੀਂ ਅੱਛਾ ਚਲੋ ਫਿਰ ਦੂਜੇ ਪਾਸੇ ਜੇ ਲੜਕੀ ਆਪਣੇ ਮਨ ਨੂੰ ਸਮਝਾ ਲਵੇ ਤੇ ਲਾਗੇ ਛਾਗੇ ਵੱਖਰੇ ਰਹਿ ਵੀ ਲੈਣ ਤੇ ਦੇਖਭਾਲ ਆਪਣੇ ਪੇਰੈਂਟਸ ਦੀ ਕਰਦੇ ਰਹੇ, ਇਸ ਮੁਲਕ ਦੀ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਵੀ ਗੌਰਮੈਂਟ ਦੇਖਦੀ ਸਭ ਕੁਝ ਕਰਦੀ ਆ, ਲਾਗੇ ਛਾਗੇ ਵੱਖਰਾ ਵੀ ਲੈ ਲੈਣ ਕੋਈ ਅਸੀਂ ਇਹ ਗੱਲ ਵੀ ਨਹੀਂ। ਲੜਕੀ ਥੋੜਾ ਸਮਝਾ ਲਵੇ ਆਪਣੇ ਆਪ ਨੂੰ, ਆਪਣੇ ਪੇਰੈਂਟਸ ਨੂੰ ਸਮਝਾਵੇ ਵੀ ਤੇਰੇ ਦੁੱਖ ਸੁੱਖ 'ਚ ਅਸੀਂ ਮਿਲਾਂ ਗਿਲਾ ਕੇ ਸਹਾਈ ਹੋਵਾਂਗੇ, ਵੀ ਜੇ ਲੜਕਾ ਇੰਨੇ ਜੇ ਖੁਸ਼ ਹੈ ਤਾਂ ਕੋਈ ਨਹੀਂ ਲਾਗੇ ਵੱਖਰਾ ਲੈ ਵੀ ਲੈਣ, ਠੀਕ ਹੈ। ਗਿਆਨ ਸਿੰਘ ਜੀ ਕੋਈ ਨਹੀਂ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਬੇਸਿਕਲੀ ਗਿਆਨ ਸਿੰਘ ਜੀ ਦੇ ਹਿਸਾਬ ਨਾਲ ਵਿਚਕਾਰ ਕਿਤੇ ਤਾਂ ਆਉਣਾ ਹੀ ਪਏਗਾ, ਯੂ ਨੋ, ਭਾਵੇਂ ਲੱਗ, ਕਿਉਂਕਿ ਪਹਿਲੇ ਬਿਲਕੁਲ ਕਲੀਅਰ ਕੀਤਾ ਸੀ ਕੁੜੀ ਨੇ, ਕੁੜੀ ਠੀਕ ਹੈ ਆਪਣੀ ਗੱਲ ਤੇ, ਯੂ ਨੋ, ਜੋ ਉਹਨੇ ਕਿਹਾ ਸੀ ਉਹੀ ਕਰ ਰਹੀ ਹੈ, ਕੁਛ ਨਵਾਂ ਨਹੀਂ ਕਰ ਰਹੀ, ਪਰ ਫਿਰ ਵੀ ਅਗਰ ਪ੍ਰਾਇਰਟੀ ਇੱਥੇ ਗੱਲ ਆ ਜਾਂਦੀ ਹੈ ਕਿ ਕਮਿਊਨੀਕੇਸ਼ਨ ਨਹੀਂ ਹੈ, ਪਰ ਤੁਹਾਡੀ ਪ੍ਰਾਇਰਟੀ ਕੀ ਹੈ? ਦੋਨਾਂ ਦੀ ਸੇਮ ਪ੍ਰਾਇਰਟੀ ਅਗਰ, ਦੈਨ ਯੂ ਹੈਵ ਟੂ ਕਮ ਇਨ ਬਿਟਵੀਨ ਸਮਵੇਅਰ। ਸੋ ਲੈਟ ਮੀ ਟੇਕ ਅਨਦਰ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਹਾਂਜੀ, ਮੈਂ ਕੈਲਾਸ਼ ਕੌਰ ਬੋਲ ਰਹੀ ਹਾਂ ਟੋਰਾਂਟੋ ਤੋਂ, ਪਰ ਮੈਂ ਕਾਲ ਪਹਿਲੀ ਵਾਰ ਕੀਤੀ ਹੈ। ਥੈਂਕ ਯੂ ਜੀ ਤੁਹਾਡਾ, ਮੈਂ ਜਦੋਂ ਵੀ ਤੁਹਾਡਾ ਪ੍ਰੋਗਰਾਮ ਆਉਂਦਾ ਮੈਂ ਜ਼ਰੂਰ ਦੇਖਦੀ ਹਾਂ, ਮੈਨੂੰ ਬੜਾ ਅੱਛਾ ਲੱਗਦਾ, ਹਰੇਕ ਟੌਪਿਕ ਤੁਹਾਡਾ ਬਹੁਤ ਅੱਛਾ ਹੁੰਦਾ। ਥੈਂਕ ਯੂ ਸੋ ਮਚ। ਅੱਜ ਮੈਂ ਸੋਚਿਆ ਕਿ ਮੈਂ ਕਿਹਾ ਮੈਂ ਵੀ ਕਾਲ। ਬਹੁਤ ਵਧੀਆ ਜੀ, ਵੈਲਕਮ, ਸਵਾਗਤ ਕਰਦੇ ਹਾਂ ਤੁਹਾਡਾ, ਇੰਜੀ ਸਾਨੂੰ ਜੁਆਇਨ ਕਰਦੇ ਰਿਹਾ ਕਰੋ। ਦੱਸੋ ਕੀ ਕਹਿੰਦੇ ਹੋ ਅੱਜ ਦੇ ਵਾਸਤੇ? ਦੇਖੋ ਜੀ, ਮੈਂ ਸਭ ਦੀਆਂ ਗੱਲਾਂ ਵੀ ਸੁਣੀਆਂ ਨੇ, ਤੇ ਜੋ ਵੀ ਲੜਕਾ ਜਿਹੜਾ ਹੈਗਾ ਨਾ, ਇਹ ਲੜਕੀ ਨਾਲ ਪਿਆਰ ਬਹੁਤ ਕਰਦਾ। ਹਾਂਜੀ, ਇਹਨਾਂ ਦੀਆਂ ਗੱਲਾਂ ਦੇ ਚੱਕ ਪਹਿਲਾਂ ਸਾਰਾ ਕੁਛ ਇਹਨਾਂ ਨੇ ਕਲੀਅਰ ਕਰ ਲਿਆ ਕਿ ਮੇਰੇ ਪੇਰੈਂਟਸ ਵਿੱਚ ਰਹਿਣੇ ਨੇ, ਰਾਈਟ। ਪਰ ਨਾ ਲੜਕਾ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਲੜਕੀ ਦੇ ਪੇਰੈਂਟਸ। ਹਾਂਜੀ, ਤੇ ਉਹ ਲੜਕਾ ਕਹਿ ਨਹੀਂ ਸਕਦਾ ਆਪਣੀ ਵਾਈਫ ਨੂੰ, ਕਿਉਂਕਿ ਉਹਦੇ ਨਾਲ ਉਹ ਪਿਆਰ ਬੜਾ ਕਰਦਾ, ਕਿਉਂਕਿ ਉਹ ਚਾਹੁੰਦਾ ਕਿ ਮੈਂ ਅਲੱਗ ਰਵਾਂ। ਤੇ ਜੇ ਅਲੱਗ ਰਹਿ ਵੀ ਲੈਂਦੇ ਨੇ, ਚਲੋ ਕੋਲ ਜਿਹੜੇ ਭਾਈ ਸਾਹਿਬ ਹੁਣੇ ਕਹਿ ਕੇ ਗਏ ਨੇ ਜੀ, ਬਈ ਥੋੜਾ ਜਿਹਾ ਨਾਲ ਹੀ ਲੈ ਲੈਣ ਉਹਨਾਂ ਦੇ ਅਪਾਰਟਮੈਂਟ, ਉਹਨਾਂ ਦੀ ਵੀ ਦੇਖਭਾਲ ਹੁੰਦੀ ਰਹੇਗੀ ਤੇ ਬੱਚਿਆਂ ਦੀ ਵੀ ਹੁੰਦੀ ਰਹੇਗੀ, ਇਹ ਵੀ ਖੁਸ਼ ਰਹੇਗਾ ਤੇ ਵਾਈਫ ਵੀ ਖੁਸ਼ ਰਹੇਗੀ। ਤੇ ਵਾਈਫ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਕਿ ਵਾਈਫ ਠੀਕ ਹੈ, ਲੜਕਾ ਗਲਤ ਹੈ, ਤੇ ਪਰ ਹੁਣ ਕੀ ਕੀਤਾ ਜਾਏ, ਕੁਛ ਨੀ ਹੋਣਾ ਜੀ। ਇਹ ਲੜਕੀ ਦੀ ਵੀ ਥੋੜੀ ਜਿਹੀ ਉਹਨੂੰ ਵੀ ਸਮਝਣਾ ਚਾਹੀਦਾ, ਤੇ ਲੜਕੇ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਅਲੱਗ ਰਹਿ ਕੇ ਜਾਂ ਜੇ ਉਹਦੇ ਪੇਰੈਂਟਸ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਅਲੱਗ ਰਹਿ ਲੈਣ, ਤੇ ਉਹਨਾਂ ਦੀ ਕੇਅਰ ਦੇ ਕਰ ਪੂਰੀ ਕਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਪੂਰੀ ਕਰ। ਹਾਂਜੀ ਠੀਕ ਹੈ, ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਅਗਰ ਵੀ ਲੜਕੀ ਠੀਕ ਹੈ ਤੇ ਲੜਕਾ ਗਲਤ ਹੈ, ਪਰ ਹੁਣ ਹੋਰ ਨਹੀਂ ਕੁਛ ਸਕਦਾ ਵੀ ਜੇ ਉਹ ਅਲੱਗ ਲੈ ਹੀ ਲਿਆ ਉਹਨੇ, ਰਾਈਟ, ਫਿਰ ਇਸ ਕਰਕੇ ਉਹਨੂੰ ਲੜਕੀ ਨੂੰ ਥੋੜਾ ਜਿਹਾ ਮੰਨਣਾ ਪੈਣਾ ਹੈ। ਥੈਂਕ ਯੂ ਸੋ ਮਚ ਜੀ, ਬਿਲਕੁਲ ਬਿਲਕੁਲ। ਲੜਕਾ ਨਹੀਂ ਚਾਹੁੰਦਾ ਕਿ ਮੈਂ ਪੇਰੈਂਟਸ ਦੇ ਨਾਲ ਰਵਾਂ, ਲੜਕੀ ਦੇ ਪੇਰੈਂਟਸ ਦੇ ਨਾਲ, ਭਾਵੇਂ ਜਿੰਨਾ ਮਰਜ਼ੀ ਚੰਗਾ ਜਵਾਈ। ਓਕੇ ਜੀ, ਥੈਂਕ ਯੂ ਸੋ ਮਚ, ਇਸੇ ਤਰ੍ਹਾਂ ਜੁਆਇਨ ਕਰਦੇ ਰਿਹਾ ਕਰੋ। ਸੋ
ਗਲਤ ਔਰ ਠੀਕ ਦੀ ਗੱਲ, ਜਿਵੇਂ ਯੂ ਨੋ ਵੀ ਆਰ ਓਪਨਲੀ ਜਿਵੇਂ ਕਹਿੰਦੇ ਆ ਨਾ, ਕਮਿਊਨਿਟੀ ਆਪਣੀ ਗਲਤੀ ਮੰਨ ਰਹੀ ਹੈ ਕਿ ਨਹੀਂ ਸਾਡਾ ਹੀ ਮੁੰਡਾ ਯੂ ਨੋ ਗਲਤ ਹੈ ਇਸ ਵੇਲੇ, ਪਰ ਇਸ ਵੇਲੇ ਕੀ ਕੀਤਾ ਜਾਏ? ਕਿਉਂਕਿ ਹੁੰਦਾ ਕਈ ਵਾਰੀ ਤੁਸੀਂ ਕਮਿਟਮੈਂਟਸ ਕਿੰਦੀਆਂ ਹੈ ਮੰਨਿਆ ਕਿ ਯੂ ਨੋ ਕਮਿਟ, ਜਿਵੇਂ ਉਹ ਕਹਿ ਰਹੀ ਹੈ ਕਿ ਮੈਂ ਤਾਂ ਕੁਛ ਨਵਾਂ ਨਹੀਂ ਕਰ ਰਹੀ, ਡੈਫੀਨੇਟਲੀ, ਪਰ ਤੁਸੀਂ ਜਦੋਂ ਰਹਿੰਦੇ ਹੋ ਐਕਸਪੀਰੀਅੰਸ ਕਰਦੇ ਹੋ ਤਾਂ ਥੋੜ੍ਹਾ ਵੱਖਰਾ ਹੈ, ਯੂ ਨੋ ਥਰੈਟੀਕਲੀ ਕਿ ਹਾਂ ਇੰਝ ਕਰਾਂਗੇ ਇੰਝ ਨਹੀਂ ਕਰਾਂਗੇ, ਕਈ ਵਾਰੀ ਡਿਫਰੈਂਟ ਹੋ ਸਕਦਾ ਹੈ, ਪਰ ਤੁਸੀਂ ਰਹਿ ਰਹੇ ਹੋ ਭਾਵੇਂ ਜ਼ਾਹਿਰਾ ਤੌਰ 'ਤੇ ਜਿਵੇਂ ਸਾਰੇ ਕਹਿ ਰਹੇ ਨੇ ਕਿ ਕੋਈ ਇਸ਼ੂਜ਼ ਨਹੀਂ ਲੱਗ ਰਹੇ, ਪਰ ਉਹ ਜਿਹੜਾ ਕੁਆਇਟਰ ਹੈਗਾ ਹੈ, ਜ਼ਿਆਦਾ ਬੋਲਦਾ ਨਹੀਂ, ਗੁੱਸਾ ਨਹੀਂ ਆਉਂਦਾ, ਉਹ ਵੀ ਕਈ ਵਾਰੀ ਅੱਛੀ ਗੱਲ ਹੈ ਕਿ ਬੰਦਾ ਸਿਵਿਲ ਹੈਗਾ ਜ਼ਿਆਦਾ, ਪਰ ਉਹਦੇ ਵਿੱਚ ਇਹ ਵੀ ਪ੍ਰੋਬਲਮ ਆਉਂਦੀ ਹੈ ਕਿ ਕੁਛ ਕਹਿਣਾ ਵੀ ਚਾਹ ਰਿਹਾ ਕਿ ਨਹੀਂ ਮੈਨੂੰ ਇਹ ਠੀਕ ਲੱਗ ਰਿਹਾ, ਮੈਨੂੰ ਸਪੇਸ ਚਾਹੀਦੀ ਹੈ, ਆਪਣੀ ਜਿਹੜੀ ਵੱਖਰੀ ਉਹਨੂੰ ਆਦਤ ਪੈ ਗਈ ਹੈ ਪਿਓ ਕਰਕੇ ਵੱਖਰਾ ਰਿਹਾ, ਉਹਨੂੰ ਫਰੀਡਮ ਜੀ ਥੋੜ੍ਹੀ ਯੂ ਨੋ ਲੱਗ ਰਹੀ ਹੈ, ਵਿਚ ਇਜ਼ ਯੂ ਨੋ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਕਿ ਲੱਗਦਾ ਪਿਆਰ ਤਾਂ ਬਹੁਤ ਕਰਦਾ, ਪਰ ਇੱਕ ਉਹਨੂੰ ਸਪੇਸ ਜਿਹੜੀ ਹੈ ਉਹ ਚੰਗੀ ਲੱਗਣ ਲੱਗ ਗਈ ਹੈ। ਜ਼ਰੂਰ ਤੁਸੀਂ ਵੀ ਦੱਸੋ ਕੀ ਕਹਿ ਰਹੇ ਹੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ।